ਕਹਿੰਦੇ ਸ਼ਗਨ ਦੇ ਦੇ ਵੀ ਜਿੰਨਾ ਸਾਨੂੰ ਪੁੱਗਦਾ ਅਸੀਂ ਉਨਾ ਦੇ ਸਕਦੇ ਹਾਂ, ਪਹਿਲਾਂ ਲੱਖ ਤੇ ਅੜ ਗਏ 52,000 ਦੇ ਦਿਓ, ਜੇ ਨਹੀਂ ਦੇ ਸਕਦੇ ਅਸੀਂ ਜਿੰਨੇ ਦੇਣ ਜੋਗੇ ਸੀ ਮੈਂ ਕੱਢ ਕੇ ਰੱਖੇ, ਉੱਥੇ ਨਾਲੇ ਆਉਣ ਲੱਗ ਗਏ ਘਰ ਦੇ ਅੰਦਰ ਆ ਕੇ। ਜੇ ਹੁਣ ਅਸੀਂ ਕਿੱਥੇ ਜਾਈਏ, ਹਾਰ ਕੇ ਮੈਂ ਕਿਹਾ ਮੈਂ ਮਰ ਜਾਂਦਾ ਵੀ ਮੈਂ ਇਹ ਚੀਜ਼ ਬੰਦ ਕਰਾਊਂਗਾ। ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ, ਮੈਨੂੰ ਪਤਾ ਲੱਗ ਰਿਹਾ ਵੀ ਦੱਸੋ ਆਮ ਪਬਲਿਕ ਆ ਜਿਹੜੇ ਆਮ ਲੋਕ ਕਿੱਥੇ ਜਾਊਂਗੇ। ਉਹ ਕੋਈ ਗੱਲ ਨਹੀਂ, ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ, ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮਹੱਲੇ ਤੋਂ ਸਿਰਫ ਇੰਨੀ ਲੈ ਸਕਦੇ ਆ ਬਸ। ਇਹ ਤਾਂ ਟੈਕਸ ਹੋ ਗਿਆ, ਖੁਸਰਾ ਟੈਕਸ ਹੋ ਗਿਆ ਕਿਸੇ ਨਾਲ, ਇਹਨਾਂ ਨੂੰ ਕਹਿੰਦਾ ਟੈਕਸ, ਇਹਨਾਂ ਨੂੰ ਪੜ੍ਹਨਾ ਚਾਹੀਦਾ, ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ। ਸਾਡੇ ਗੁਰੂ ਮਹਾਰਾਜ ਨੇ ਨਹੀਂ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ, ਇਹ ਤਾਂ ਹੁਣ ਵਿਹਲੇ ਖਾਂਦੇ ਪੀਂਦੇ ਆਪਣਾ ਦੂਜੇ ਨੇ ਟੈਕਸ ਲਾ ਦਿਆ। ਘਰੇ ਆਏ, ਵਿਆਹ ਕਰਿਆ, ਜਿਸ ਹਿਸਾਬ ਨਾਲ ਅਸੀਂ ਕਰਜ਼ਾ ਚੱਕ ਕੇ ਵਿਆਹ ਕਰਿਆ, ਕੁਛ ਵੀ ਕਰਿਆ, ਅਸੀਂ ਵਿਆਹ ਕਰਿਆ, ਸੁੱਖੀ ਸਾਂਦੀ ਵਿਆਹ ਕਰਿਆ, ਘਰੇ ਆਏ ਕਹਿੰਦੇ ਸ਼ਗਨ ਦੇ ਦਿਓ ਵੀ ਜਿੰਨਾ ਸਾਨੂੰ ਪੁੱਗਦਾ ਅਸੀਂ ਉਨਾ ਦੇ ਸਕਦੇ ਹਾਂ, ਪਹਿਲਾਂ ਲੱਖ ਤੇ ਅੜ ਗਏ 52,000 ਦੇ ਦਿਓ, ਜੇ ਨਹੀਂ ਦੇ ਸਕਦੇ ਅਸੀਂ ਜਿੰਨੇ ਦੇਣ ਜੋਗੇ ਸੀ ਮੈਂ ਕੱਢ ਕੇ ਰੱਖੇ ਵੀ ਅਸੀਂ ਇੰਨੇ ਦੇ ਸਕਦੇ ਹਾਂ, ਵੀ ਮੇਰੇ ਕੋਲ ਆਹ ਸ਼ਗਨ ਇਕੱਠਾ ਵੀ ਮੈਂ ਆਹ ਦੇ ਦੂੰਗਾ, 11,000 ਦੇ ਦਿੰਦਾ। ਪਹਿਲਾਂ ਭਰਾ ਦਾ ਵਿਆਹ ਕਰਿਆ ਜੀ, ਉਦੋਂ ਇਹਨਾਂ ਨੂੰ ਪੈਸੇ ਦੇ, ਉਦੋਂ ਇਹਨਾਂ ਨੂੰ 21,000 ਸ਼ਗਨ ਦਿਆ, ਜਦੋਂ ਮੁੰਡਾ ਹੋਇਆ ਭਰਾ ਦਾ ਉਦੋਂ ਅੜ ਕੇ 51,000 ਲੈ ਗਏ। ਇਸ ਵਾਰ ਸਾਡੇ ਕੋਲ ਨਹੀਂ ਪੈਸੇ ਸੀਗੇ, ਅਸੀਂ ਨਹੀਂ ਦੇ ਸਕੇ ਪੈਸੇ, ਉੱਥੇ ਨੰਗੇ ਆਉਣ ਲੱਗ ਗਏ ਘਰ ਦੇ ਅੰਦਰ ਆ ਕੇ, ਘਰ ਦੇ ਅੰਦਰ ਆ ਕੇ ਨੰਗੇ ਆਉਣ ਲੱਗ ਗਏ ਵੀ ਹਾਂ ਸਾਡੀ ਬੱਦੂ ਆ, ਇਹ ਹੈ ਵੋ ਹੈ। ਜੇ ਹੁਣ ਅਸੀਂ ਕਿੱਥੇ ਜਾਈਏ, ਹਾਰ ਕੇ ਮੈਂ ਕਿਹਾ ਮੈਂ ਮਰ ਜਾਂਦਾ, ਹੋਰ ਕਿਆ ਕਰਾਂ ਜੀ। ਫਿਰ ਕਿਤੇ ਜਾ ਕੇ ਦੋ ਜਣਿਆਂ ਨੇ ਉਹਨੂੰ ਬਾਹਰ ਕੱਢਿਆ, ਉਹਨਾਂ ਦੇ ਨਾਲ ਦਿਆਂ ਨੇ, ਫਿਰ ਆ ਕੇ ਮੈਨੂੰ ਉਹ ਕਹਿਣ ਲੱਗੇ ਵੀ ਕੋਈ ਗੱਲ ਨਹੀਂ, ਤੁਸੀਂ ਚੁੱਪ ਰਹੋ, ਤੁਸੀਂ ਕਿਸੇ ਕੋਲ ਗੱਲ ਨਾ ਕਰਿਓ ਵੀ ਅਸੀਂ ਚਲੇ ਜਾਂਦੇ, ਵੀ ਹਾਂ ਸਾਨੂੰ 100 ਰੁਪਏ ਲੈ ਕੇ ਚਲੇ ਜਾਂਦੇ, ਵੀ ਇੰਨੇ ਜ਼ਿਆਦਾ ਮੇਰੀ ਮਾਂ ਰੋਵੇ, ਸਾਰੇ ਰੋਵੇ, ਘਰ ਦੇ ਅੰਦਰ ਆ ਕੇ ਨੰਗੇ ਹੋ ਗਏ, ਮੇਰੀ ਭਰਜਾਈ ਮੂਹਰੇ, ਮੰਮੀ ਮੂਹਰੇ, ਭੈਣ ਮੂਹਰੇ, ਔਰ ਜਿਹੜੀ ਵਿਆਹ ਕੇ ਲਿਆਏ ਉਹਦੇ ਮੂਹਰੇ। ਭਾਜੀ ਵੀਡੀਓ ਹੈ ਕੋਈ ਤਾਂ ਜਿਹੜੀ ਬਣਾਈ ਹੋਈ? ਹਾਂਜੀ ਹੈਗੀ ਹੈ ਜੀ। ਮੰਗ ਤਾਂ ਕੋਈ ਵੀ ਨਹੀਂ, ਮੈਂ ਤਾਂ ਕਹਿੰਦਾ ਜਿੰਨੀ ਇਹ ਵਧਾਈ ਮੰਗਦੇ ਮੈਂ ਸਾਰੀ ਜ਼ਿੰਦਗੀ ਲੜੂੰਗਾ ਇਹਨਾਂ ਖਿਲਾਫ਼, ਹੁਣ ਚਾਹੇ ਮੈਨੂੰ ਲੜਨਾ ਪਵੇ, ਵੀ ਮੈਂ ਇਹ ਚੀਜ਼ ਬੰਦ ਕਰਾਊਂਗਾ। ਜਿਹੜਾ ਗਰੀਬਾਂ ਨਾਲ ਧੱਕਾ ਹੁੰਦਾ ਅੱਜ ਮੇਰੇ ਨਾਲ ਖੁਦ ਹੋਇਆ, ਮੈਨੂੰ ਪਤਾ ਲੱਗ ਰਿਹਾ ਵੀ ਉੱਤੇ ਦੀ ਮੈਨੂੰ ਕਹਿੰਦੇ ਬੱਦੂ ਆ ਇਹ ਸਾਡੀ, ਠੀਕ ਹੈ ਵੀ ਹੁਣ ਘਰੇ ਇੱਕ ਕੁੜੀ ਵਿਆਹ ਕੇ ਆਈ ਉਹਨੂੰ ਬੱਦੂਆਵਾਂ ਤੇ ਬੱਦੂਆਵਾਂ ਵੀ ਸਾਡੀ ਬੱਦੂ ਆ, ਵੀ ਦੱਸੋ ਆਮ ਪਬਲਿਕ ਆ ਜਿਹੜੇ ਆਮ ਲੋਕ ਕਿੱਥੇ ਜਾਊਂਗੇ, ਉਹ ਕਿੱਥੇ ਜਾਣਗੇ ਸਾਰੇ ਜਣੇ ਜੀ। ਮੰਗ ਤਾਂ ਮੇਰੀ ਇਹੀ ਹੈ ਜੀ, ਕਾਰਵਾਈ ਹੋਣੀ ਚਾਹੀਦੀ ਹੈ,
ਜਿਹੜੀ ਕਾਰਵਾਈ ਬਣਦੀ ਹੋਣੀ ਚਾਹੀਦੀ ਔਰ ਇੱਕ ਇੱਕ ਆਲ ਪੂਰੇ ਇੰਡੀਆ 'ਚ ਇਹਨਾਂ ਦੀ ਇੱਕ ਵਧਾਈ ਨਾ ਇੱਕੇ ਵਧਾਈ ਕਰਨੀ ਚਾਹੀਦੀ ਵੀ ਇੱਕ ਮਹੱਲੇ ਤੋਂ ਸਿਰਫ ਇੰਨੀ ਲੈ ਸਕਦੇ ਹਾਂ ਬਸ ਵੀ ਉਹ ਚੀਜ਼ ਹੋਣੀ ਚਾਹੀਦੀ ਹੈ ਜ਼ਰੂਰੀ ਲਾਜ਼ਮੀ ਹੈ ਜੀ ਨਹੀਂ ਤਾਂ ਆਮ ਬੰਦਾ ਪਬਲਿਕ ਕਿੱਥੇ ਜਾਵੇ ਅੱਜ ਮੇਰੇ ਵਰਗਾ ਹੁਣ ਮੈਂ ਮਰਨ ਨੂੰ ਤਿਆਰ ਹੋ ਗਿਆ ਉਸੇ ਟਾਈਮ ਮਰ ਜਾਏ ਇਹਨਾਂ ਦਾ ਤਾਂ ਕੁਛ ਨਹੀਂ ਜਾਣਾ ਮੈਂ ਇਹਨੂੰ ਕਿਹਾ ਮੈਂ ਕਿਹਾ ਮੈਂ ਮਰ ਜਾਂਦਾ ਮੇਰੇ ਘਰਦਿਆਂ ਨੂੰ ਪਾਲ ਲੈ ਮੈਨੂੰ ਤਾਂ ਜੀ ਉਹੀ ਗੱਲ ਮੈਨੂੰ ਤਾਂ ਇਨਸਾਫ਼ ਚਾਹੀਦਾ ਜਿਹੜੇ ਤੁਹਾਡੇ ਮੂਹਰੇ ਸੀਗੇ ਵੀ ਮੈਨੂੰ ਉਹ ਇਨਸਾਫ਼ ਚਾਹੀਦਾ ਵੀ ਜੋ ਇਹਨਾਂ ਨੇ ਮੇਰੇ ਘਰੇ ਨੰਗੇ ਹੋਏ ਹੈ ਇਹ ਮਾਫ਼ੀ ਮੰਗੇ ਸਾਰੀ ਜਨਤਕ ਤੌਰ 'ਤੇ ਸਾਰਿਆਂ ਦੇ ਮੀਡੀਆ ਮੂਹਰੇ ਮਾਫ਼ੀ ਮੰਗੇ ਇਹ ਤਾਂ ਟੈਕਸ ਹੋ ਗਿਆ ਖੁਸਰਾ ਟੈਕਸ ਹੋ ਗਿਆ ਕਿਸੇ ਨਾਲ ਇਹਨਾਂ ਨੂੰ ਕਹਿੰਦਾ ਟੈਕਸ ਇਹਨਾਂ ਨੂੰ ਪੜ੍ਹਨਾ ਚਾਹੀਦਾ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਸਾਡੇ ਗੁਰੂ ਮਹਾਰਾਜ ਨੇ ਵੀ ਕਿਹਾ ਕਿ ਇਹ ਬੱਚਿਆਂ ਨੂੰ ਪੜ੍ਹਾਉਂਗੇ ਇਹ ਤਾਂ ਹੁਣ ਵਿਹਲੇ ਖਾਂਦੇ ਪੀਂਦੇ ਆਪਣਾ ਦੂਜੇ ਨੇ ਟੈਕਸ ਲਾ ਪਿਆ ਇਹਨਾਂ ਨੇ ਕਿਸੇ ਕੋਲ ਹਿੰਮਤ ਹੁੰਦੀ ਕਿਸੇ ਕੋਲ ਨਹੀਂ ਜਿਹਦੇ ਕੋਲ ਹਿੰਮਤ ਹੈ ਜਿੰਨੀ ਮਰਜ਼ੀ ਦੇਵੇ ਕੋਈ ਜਿਹਦੇ ਕੋਲ ਨਹੀਂ ਹਿੰਮਤ ਹੈਗੀ ਉਹ ਨਹੀਂ ਦੇਊਗਾ ਸਹੀ ਗੱਲ ਹੈ ਜੀ ਜਿੱਦਾਂ ਆਉਂਦੇ ਸਾਰ ਮੈਨੂੰ ਉਹਨੇ ਸੂਚਨਾ ਮਿਲੀ ਹੈ ਵੀ ਇਹਨਾਂ ਜਿਹੜੇ ਸਾਡੇ ਉਰੇ ਖੁਸਰਾ ਪਰਿਵਾਰ ਹੈ ਖਰੜ ਦਾ ਇਹਨਾਂ ਵੱਲੋਂ ਵਧਾਈ ਜਿਹੜੀ ਹੈ ਨਜਾਇਜ਼ ਤੌਰ 'ਤੇ ਮੰਗੀ ਜਾਂਦੀ ਹੈ ਪਰਿਵਾਰ ਦੀ ਜਿਹੜੀ ਹੈ ਉਹ ਮਤਲਬ ਬੈਕਗਰਾਊਂਡ ਨਹੀਂ ਦੇਖੀ ਜਾਂਦੀ ਵੀ ਉਹਦੀ ਕਿੰਨੀ ਕੁ ਪੁਜੀਸ਼ਨ ਹੈ ਕਿੰਨੀ ਕੁ ਨਹੀਂ ਤਾਂ ਉਸ ਹਿਸਾਬ ਨਾਲ ਪਹਿਲਾਂ ਜਿਹਨਾਂ ਦੇ ਦੱਸਣ ਅਨੁਸਾਰ ਵੀ 21,000 ਪਹਿਲਾਂ ਦਿੱਤਾ ਬੇਟੇ ਦੀ ਬ੍ਰਦਰ ਦੀ ਮੈਰਿਜ 'ਤੇ 51,000 ਰੁਪਏ ਦਾ ਛਕਣੀ ਇਹਨਾਂ ਨੂੰ ਲਿਆ ਜਿਹੜਾ ਹੈ ਇਹਦੇ ਭਤੀਜਾ ਹੋਣ 'ਤੇ ਅੱਜ ਜੇ ਦੱਸਦੇ ਆ ਵੀ ਜਿੱਦਾਂ ਵਧਾਈ ਲੈਣ ਗਏ ਇਹਨਾਂ ਦੀ ਸ਼ਾਦੀ ਹੋਈ ਹੈ ਅਤੇ ਕੱਪੜੇ ਕੁੱਪੜੇ ਖੋਲ੍ਹ ਕੇ ਖੜ੍ਹ ਗਏ ਮੇਰਾ ਖਿਆਲ ਤਾਂ ਵੀ ਸ਼ਹਿਰ ਦੀ ਸਭ ਤੋਂ ਜਿਹੜੀ ਹੈ ਘਨੌਨੀ ਹਰਕਤ ਅੱਜ ਜਿਹੜੀ ਹੈ ਸਾਡੇ ਹੀਜਲੇ ਪਰਿਵਾਰ ਵੱਲੋਂ ਕੀਤੀ ਗਈ ਹੈ ਔਰ ਮੈਂ ਆਪਣਾ ਮੇਰੇ ਵਾਰਡ ਦੇ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਗੱਲ ਦਾ ਆਸ਼ਵਾਸਨ ਦਿੰਦਾ ਵੀ ਮੈਂ ਤੁਹਾਡੇ ਨਾਲ ਖੜ੍ਹਾਂ ਔਰ ਅੱਗੇ ਵਾਸਤੇ ਜਿਹੜੀ ਸ਼ਹਿਰ ਦੇ ਵਿੱਚ ਇਹੋ ਜਿਹੇ ਘਨੌਨੇ ਕੰਮ ਹੁੰਦੇ ਆ ਉਹ ਜਲਦੀ ਕੀਤੇ ਨਹੀਂ ਹੋਣ ਦੇਵਾਂਗੇ ਅਤੇ ਮੇਰਾ ਖਿਆਲ ਹੈ ਵੀ ਜਲਦੀ ਹੀ ਕੋਸ਼ਿਸ਼ ਕਰਕੇ ਨਗਰ ਕੌਂਸਲ ਦਾ ਇੱਕ ਮਤਾ ਪਾਇਆ ਜਾਊਗਾ ਇਹਦਾ ਵੀ ਜਿਹੜੀ ਇਹਨਾਂ ਦੀ ਜਿਹੜੀ ਵਧਾਈ ਦੀ ਫੀਸ ਹੈ ਉਹਨੂੰ ਇੱਕ ਫਿਕਸ ਕੀਤੀ ਜਾਊ ਅਤੇ ਮੈਂ ਇਸ ਘਨੌਨੀ ਹਰਕਤ ਤੋਂ ਖੁਦ ਬਹੁਤ ਜ਼ਿਆਦਾ ਸ਼ਰਮਿੰਦਾ